ਹੈਲੋ ਐਵਰੀਵਨ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਕਿਵੇਂ ਹੋ ਤੁਸੀਂ ਸਾਰੇ ਜਣੇ? ਆਈ ਹੋਪ ਕਿ ਤੁਸੀਂ ਸਾਰੇ ਜਣੇ ਠੀਕ ਹੋਵੋਗੇ, ਆਪਣੇ ਆਪਣੇ ਘਰਾਂ ਦੇ ਵਿੱਚ ਤੰਦਰੁਸਤ ਅਤੇ ਖੁਸ਼ਹਾਲ ਹੋਵੋਗੇ। ਵਾਹਿਗੁਰੂ ਤੁਹਾਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰੱਖੇ ਅਤੇ ਮੈਂ ਵੀ ਠੀਕ ਠਾਕ ਹਾਂ। ਲਓ ਜੀ, ਮੋਰਨਿੰਗ ਦਾ ਟਾਈਮ ਆ, ਸੁਬਹਾ ਦਾ 8:30 ਵਜੇ ਦਾ ਟਾਈਮ ਹੋਣਾ ਵਾ। ਅਤੇ ਇੱਥੇ ਮੈਂ ਪਾਏ ਹੋਏ ਸੀ ਮਸ਼ੀਨ ਦੇ ਵਿੱਚ ਕੱਪੜੇ, 6:30 ਵਜੇ ਦੇ ਪਾਏ ਸੀ। ਨਹਾ ਧੋ ਕੇ ਮੈਂ ਕੱਪੜੇ ਮਸ਼ੀਨ ਦੇ ਵਿੱਚ ਪਾਤੇ ਸੀ, ਪਰ ਚਾਹ ਪਾਣੀ ਨਹੀਂ ਸੀ ਪੀਤਾ। ਕੱਪੜੇ ਪਾ ਕੇ ਫਿਰ ਚਾਹ ਪਾਣੀ ਬਣਾਇਆ, ਅਤੇ ਚਾਹ ਆਪਾਂ ਪੀ ਕੇ ਉਸ ਤੋਂ ਬਾਅਦ ਮੈਂ ਕਰਦੀ ਨਹੀਂ 5-10 ਮਿੰਟ ਰੈਸਟ, ਕਿਉਂਕਿ ਮੈਂ ਚਾਹ ਪੀ ਕੇ ਮੈਨੂੰ ਪਤਾ ਨਹੀਂ ਆਦਤ ਆ, ਮੈਂ ਲੰਮੇ ਪੈ ਜਾਂਦੀ ਨਹੀਂ। ਫਿਰ ਫੋਨ ਦੇਖ ਲੈਂਦੀ ਨਹੀਂ, ਆਪਣਾ ਵੀਡੀਓ ਵਗੈਰਾ ਦੇਖ ਲੈਂਦੀ ਹੁੰਦੀ ਹਾਂ, ਅਤੇ ਆਪਣੀ ਜਿਹੜੀ ਐਡੀਟਿੰਗ ਉਹ ਥੋੜ੍ਹਾ ਕੁ ਟਾਈਮ, ਜੇ ਟਾਈਮ ਹੁੰਦਾ ਫਿਰ ਮੈਂ ਕਰ ਲੈਂਦੀ ਹਾਂ, ਨਹੀਂ ਤਾਂ ਕਈ ਵਾਰੀ ਨਹੀਂ ਟਾਈਮ ਹੁੰਦਾ। ਅਤੇ ਸੋ ਉਸ ਟਾਈਮ ਮੈਂ ਆਪਣੇ ਬੱਚਿਆਂ ਦੇ ਸਿਰ ਵਾਹੁਣੇ ਹੁੰਦੇ, ਆਪਣਾ ਸਿਰ ਵਾਹੁਣਾ ਹੁੰਦਾ ਵਾ, ਭਾਂਡਾ ਛੰਡਾ ਫਿਰ ਆਪਾਂ ਚੱਕ ਕੇ ਮਾਂਜ ਕੇ ਅਤੇ ਫਿਰ ਆਪਣੀ ਅੰਦਰੋਂ ਸਫਾਈ ਕਰਕੇ ਕਿਚਨ ਦੀ ਕਲੀਨਿੰਗ ਕਰਕੇ ਚੰਗੀ ਤਰ੍ਹਾਂ, ਕਿਉਂਕਿ ਮੇਰੀ ਆਦਤ ਹੈ ਮੈਂ ਸਵੇਰੇ ਉੱਠ ਕੇ ਇੱਕ ਵਾਰੀ ਸਾਫ਼ ਸਫਾਈ ਸਾਰੀ ਕਰਦੀ ਹੁੰਦੀ ਹਾਂ। ਤੁਹਾਨੂੰ ਪਤਾ ਫਿਰ ਅਸੀਂ ਇੱਦਾਂ ਖੁੱਲ੍ਹੇ ਦੇ ਵਿੱਚ ਰਹਿੰਦੇ ਹਾਂ, ਕਈ ਚੀਜ਼ਾਂ ਫਿਰ ਉੱਪਰ ਚੜ੍ਹ ਜਾਂਦੀਆਂ ਬੈੱਡ ਦੇ ਉੱਪਰ ਜਿੱਥੇ ਆਪਾਂ ਰੋਟੀ ਪਾਣੀ ਬਣਾਉਂਦੇ ਹਾਂ, ਫਿਰ ਕਿੰਨਾ ਜ਼ਿਆਦਾ ਔਖਾ ਹੁੰਦਾ। ਅਤੇ ਇੱਕ ਵਾਰੀ ਮੈਂ ਝਾੜੂ ਜ਼ਰੂਰ ਲਗਾਉਂਦੀ ਹਾਂ, ਕਿਉਂਕਿ ਫਿਰ ਤੁਹਾਨੂੰ ਪਤਾ ਸਾਡੇ ਘਰ ਦਾ ਮਾਹੌਲ ਉਹੋ ਜਿਹਾ, ਇੱਕ ਬਰਸਾਤੀ ਦਿਨ ਆ, ਔਖਾ ਹੁੰਦਾ ਵਾ, ਝਾੜੂ ਲਗਾਉਣਾ ਚਾਹੀਦਾ ਸਵੇਰੇ ਉੱਠ ਕੇ। ਅਤੇ ਸਾਫ਼ ਸਫਾਈ ਵੀ ਜ਼ਰੂਰੀ ਕਰਨੀ ਚਾਹੀਦੀ ਆ, ਕਿਉਂਕਿ ਮੇਰੀ ਆਦਤ ਆ। ਕਈ ਵਾਰੀ ਢਿੱਲ ਜਿਹੀ ਹੋ ਜਾਂਦੀ ਆ ਕਿ ਨਹੀਂ ਟਾਈਮ ਲੱਗਦਾ, ਕਿਸੇ ਟਾਈਮ ਲੇਟ ਉੱਠਦੇ ਆ, ਨਹੀਂ ਟਾਈਮ ਹੁੰਦਾ, ਪਰ ਫਿਰ ਵੀ ਦੁਪਹਿਰੇ ਮੈਂ ਲਾ ਲੈਂਦੀ ਹੁੰਦੀ ਹਾਂ ਕਿਸੇ ਵੇਲੇ, ਜਾਂ ਨਾਗਾ ਪੈ ਜਾਵੇ ਜਦੋਂ ਮੈਂ ਨਾ ਠੀਕ ਹੋਵਾਂ। ਅਤੇ ਪਰ ਵੈਸੇ ਜਦੋਂ ਮੈਂ ਟਾਈਮ ਨੂੰ ਉੱਠ ਜਾਂ, ਫਿਰ ਤਾਂ ਮੈਂ ਆਪਣੇ ਜਿਹੜੇ ਕੰਮ ਧੰਦੇ ਆ ਸਾਫ਼ ਸਫਾਈ ਵਾਲੇ, ਇਹ ਮੈਂ ਆਪਣੇ ਸਾਰੇ ਨਿਬੇੜ ਹੀ ਲੈਂਦੀ ਹੁੰਦੀ ਹਾਂ, ਭਾਵੇਂ ਜਿੱਦਾਂ ਮਰਜ਼ੀ ਨਿਬੇੜਾਂ, ਕਿਉਂਕਿ ਮੈਂ ਸਾਫ਼ ਸਫਾਈ ਕਿਚਨ ਦੀ ਸਵੇਰੇ ਕਰਦੀ ਹਾਂ, ਰਾਤ ਨੂੰ ਭਾਵੇਂ ਮੈਂ ਉਂਝ ਹੀ ਛੱਡਦਾ, ਭਾਵੇਂ ਜੂਠੇ ਭਾਂਡੇ ਵੀ ਛੱਡਦਾ, ਭਾਵੇਂ ਸਾਫ਼ ਸਫਾਈ ਵੀ ਛੱਡਦਾ, ਪਰ ਮੈਂ ਸਵੇਰੇ ਉੱਠ ਕੇ ਜ਼ਰੂਰ ਕਰਦੀ ਹੁੰਦੀ ਹਾਂ, ਕਿਉਂਕਿ ਰਾਤ ਨੂੰ ਚੀਜ਼ਾਂ ਚੜ੍ਹੀਆਂ ਹੁੰਦੀਆਂ, ਵੈਸੇ ਛਿਪਕਲੀਆਂ ਬਹੁਤ ਤੁਰੀਆਂ ਫਿਰਦੀਆਂ, ਉਹ ਚੜ੍ਹੀਆਂ ਰਹਿੰਦੀਆਂ ਬੈੱਡ ਦੇ ਉੱਪਰ, ਅਤੇ ਉਂਝ ਵੀ ਤੁਹਾਨੂੰ ਪਤਾ ਫਿਰ ਸਾਡਾ ਜਿਹੜਾ ਕਿਚਨ ਆ ਖੁੱਲ੍ਹੇ ਦੇ ਵਿੱਚ, ਰਾਤ ਨੂੰ ਸ਼ਾਇਦ ਬਿੱਲੀਆਂ ਵੀ ਆ ਜਾਂਦੀਆਂ ਹੁਣ, ਕੋਈ ਪਤਾ ਨਹੀਂ, ਕਿਉਂਕਿ ਬਹੁਤ ਜ਼ਿਆਦਾ ਤੁਰੀਆਂ ਫਿਰਦੀਆਂ। ਫਿਰ ਮੈਂ ਸਾਫ਼ ਸਫਾਈ ਜਿਹੜੀ ਆਪਣੀ ਉਹ ਸਵੇਰੇ ਕਰ ਲੈਂਦੀ ਹੁੰਦੀ ਹਾਂ। ਲਓ ਜੀ, ਇੱਥੇ ਮੈਂ ਅੱਜ ਕੱਪੜੇ ਮਸ਼ੀਨ ਦੇ ਵਿੱਚ ਇਸ ਕਰਕੇ ਕੱਢ ਕੇ ਬਾਹਰ ਹੰਘਾ ਲੈਂਦੀ ਸੀ, ਕਿਉਂਕਿ ਮੇਰੇ ਕੋਲੋਂ ਸਰਫ ਬਹੁਤ ਜ਼ਿਆਦਾ ਪੈ ਗਈ ਸੀ ਕੱਪੜਿਆਂ ਦੇ ਵਿੱਚ। ਅਤੇ ਫਿਰ ਮੇਰੇ ਦਿਮਾਗ ਦੇ ਵਿੱਚ ਆਈਡੀਆ ਆਇਆ ਕਿ ਕਿਉਂ ਨਾ ਜਿਹੜੇ ਮਤਲਬ ਦਰੀਆਂ ਹੈਗੀਆਂ ਵਾ, ਸਿਰਹਾਣਿਆਂ ਦੇ ਸ਼ਰਟ ਪੱਗਾਂ ਜਿਹੜੀਆਂ ਉੱਪਰ ਲੈਂਦੇ ਹਾਂ, ਬਹੁਤ ਜ਼ਿਆਦਾ ਗੰਦੀਆਂ ਹੋਈਆਂ ਸੀ, ਕਿਉਂਕਿ ਮਹੀਨਾ ਹੋ ਗਿਆ ਸੀ ਉਹਨਾਂ ਧੋਤੀਆਂ ਨੂੰ। ਅਤੇ ਇਸ ਕਰਕੇ ਫਿਰ ਮੈਂ ਸੋਚਿਆ ਅੱਜ ਉਹਨਾਂ ਨੂੰ ਧੋ ਲੈਂਦੇ ਹਾਂ, ਕਿਉਂਕਿ ਥੋੜ੍ਹੀ ਥੋੜ੍ਹੀ ਸਮੈਲ ਜੀ ਵੀ ਆਉਂਦੀ ਸੀ ਪੜਾਸ ਜੀ, ਕਿਉਂਕਿ ਬਰਸਾਤੀ ਦਿਨ ਆ, ਅਤੇ ਇੱਕ ਬੱਚੇ ਇੰਨੀ ਜ਼ਿਆਦਾ ਮਿੱਟੀ ਘੱਟਾ ਚੜਾਉਂਦੇ, ਪੈਰ ਲਬੇੜ ਲਬੇੜ ਕੇ ਉੱਪਰ ਚੜ੍ਹਦੇ, ਪੈਰੀ ਕੋਈ ਵੀ ਚੱਪਲ ਨਹੀਂ ਪਾਉਂਦੇ। ਅਤੇ ਲਓ ਜੀ, ਪਹਿਲਾਂ ਤਾਂ ਇਹਨਾਂ ਦੇ ਪਾਪਾ ਨਿਕਲੇ ਸੀ, ਮਗਰ ਇਹ ਦੋਨੋਂ ਤੁਰ ਪਏ, ਕਿਉਂਕਿ ਇਹਨਾਂ ਦੇ ਪਾਪਾ ਚੱਲੇ ਸੀ ਦੁੱਧ ਲੈਣ, ਪਰ ਇਹ ਵੀ ਮਗਰ ਜ਼ਰੂਰ ਪੈਂਦੇ ਆ, ਕਿਉਂਕਿ ਉਹ ਵੀ ਕਹਿੰਦੇ ਸਾਨੂੰ ਨਾਲ ਜ਼ਰੂਰ ਖੜਨ। ਅਤੇ ਪਰ ਉਹਨਾਂ ਨੇ ਖੜਿਆ ਨਹੀਂ, ਰੋ ਧੋ ਕੇ ਫਿਰ ਵਾਪਸ ਆ ਹੀ ਗਏ ਸੀ। ਅਤੇ ਮੈਂ ਚੱਕ ਕੇ ਲਿਆਈ ਫਿਰ ਕੱਪੜੇ ਵਿੱਚੋਂ ਛੱਡ ਕੇ, ਉਹਨਾਂ ਨੂੰ ਚੱਕ ਕੇ ਲਿਆਈ ਕੱਪੜੇ ਮਸ਼ੀਨ ਦੇ ਹੰਘਾਲ ਕੇ, ਸੁਕਾ ਕੇ ਸੁਕਾਉਣ ਵਾਸਤੇ ਪਾ ਕੇ, ਫਿਰ ਇਹਨਾਂ ਨੂੰ ਚੁੱਪ ਕਰਾਇਆ। 5-10 ਮਿੰਟ ਲੱਗ ਗਏ ਇਹਨਾਂ ਨੂੰ ਚੁੱਪ ਕਰਵਾਉਂਦੇ, ਇਹਨਾਂ ਨੂੰ ਹੱਲਾ ਸ਼ੇਰੀ ਦਿੰਦੇ, ਇਹਨਾਂ ਨੂੰ ਲਾਲਚ ਲੁਲਚ ਦੇ ਕੇ ਮਸਾਂ ਹੀ ਚੁੱਪ ਕਰਾਈਦਾ ਵਾ, ਪਰ ਬਹੁਤ ਜ਼ਿਆਦਾ ਰੋਂਦੇ ਆ ਜਦੋਂ ਮਤਲਬ ਇਵੇਂ ਉਹਨਾਂ ਦੇ ਪਾਪਾ ਚੱਲੇ ਜਾਂਦੇ ਨੇ, ਇਹਨਾਂ ਨੂੰ ਛੱਡ ਕੇ ਬਹੁਤ ਜ਼ਿਆਦਾ ਰੋਂਦੇ ਆ। ਅਤੇ ਕਈ ਵਾਰੀ ਮਸਾਂ ਹੀ ਚੁੱਪ ਕਰਾਈਦੇ ਆ। ਅਤੇ ਲਓ ਜੀ, ਇੱਥੇ ਕੱਪੜੇ ਜਿਹੜੇ ਮੇਰੇ ਧੁੱਫ ਕੇ ਸੁੱਕ ਗਏ ਸੀ, ਹੁਣ ਮੈਂ ਮੰਜੇ ਡਾਹ ਲਏ ਸੀ ਬਾਹਰ, ਅਤੇ ਸੁੱਕਣੇ ਪਾ ਦਾਂਗੀ। ਮਿਸਤਰੀ ਆਏ ਸੀ, ਅਤੇ ਹਾਲੇ ਲੈਂਟਰ ਦੀ ਕੋਈ ਤਿਆਰੀ ਨਹੀਂ ਹੈ, ਤੁਹਾਨੂੰ ਮੈਂ ਦੱਸਦਾ।
ਦੇਖੋ ਕਦੋਂ ਤਿਆਰੀ ਹੁੰਦੀ ਹੈ, ਜਦੋਂ ਵਾਹਿਗੁਰੂ ਕਿਰਪਾ ਕਰਨਗੇ। ਅਤੇ ਵੈਸੇ ਆਪਣਾ ਜਿਹੜਾ ਕੰਮ ਹੈ ਸਾਰਾ ਨਿਬੜ ਗਿਆ, ਬਸ ਸਮਾਨ ਹੀ ਲਿਆਉਣ ਵਾਲਾ ਵਾ, ਅਤੇ ਹਾਲੇ ਆਪਣੀਆਂ ਪਾਸੇ ਵਾਲੀਆਂ ਕੰਧਾਂ ਪਲਸਤਰ ਹੋਣ ਦੀਆਂ ਹੁਣ। ਮਿਸਤਰੀ ਲੱਗੇ ਸੀ, ਪਾਸੇ ਵਾਲੀਆਂ ਕੰਧਾਂ ਹੀ ਪਲਸਤਰ ਹੋਣ 'ਤੇ ਲਾਏ ਆ, ਅਤੇ ਉਹ ਹੋ ਗਈਆਂ। ਤੁਹਾਨੂੰ ਪਤਾ ਫਿਰ ਜਿਹੜੀਆਂ ਪਹਿਲੀਆਂ ਸਾਡੀਆਂ ਕੰਧਾਂ ਸੀ ਜਿਹੜੀਆਂ ਠੀਕ ਠਾਕ ਦੀਆਂ, ਉਵੇਂ ਹੀ ਫਿਰ ਸਾਨੂੰ ਇਹ ਸੀ ਲੈਂਟਰ ਪੈਣਾ ਉੱਪਰ, ਅਤੇ ਥੱਲੋਂ ਥੱਲੋਂ ਮਤਲਬ ਜਿਹੜੀ ਪਿਛਲੀ ਕੰਧ ਆ ਵਿੱਚੋਂ ਵੀ ਕਰਵਾਈ ਕਮਰਿਆਂ ਦੇ, ਦੋ ਕੁ ਦਿਨ ਉੱਧਰ ਲਾ ਛੱਡੇ, ਹੁਣ ਦੋ ਚਾਰ ਦਿਨ ਬਾਹਰ ਲੱਗ ਜਾਣੇ ਆ ਸਾਈਡਾਂ ਵਾਲੀਆਂ ਕੰਧਾਂ ਪਲਸਤਰ ਕਰਵਾਉਂਦੇ ਆ, ਅਤੇ ਦੋ ਚਾਰ ਦਿਨ ਲੱਗ ਹੀ ਜਾਣੇ ਆ। ਅਤੇ ਚਲੋ ਤੁਸੀਂ ਸਾਰੇ ਜਾਣੇ ਵੀ ਅਰਦਾਸ ਕਰਿਓ ਕਿ ਸਾਡਾ ਜਲਦੀ ਜਲਦੀ ਲੈਂਟਰ ਪੈ ਜਾਵੇ, ਅਤੇ ਮੈਂ ਵੀ ਵਾਹਿਗੁਰੂ ਅੱਗੇ ਅਰਦਾਸ ਕਰਦੀ ਹਾਂ ਕਿ ਵਾਹਿਗੁਰੂ ਕਿਰਪਾ ਬਣਾ ਕੇ ਰੱਖਿਓ, ਕੋਈ ਵਿਗੜ ਨਾ ਪਵੇ, ਕੋਈ ਕੁਝ ਨਾ ਹੋਵੇ, ਬਸ ਲੈਂਟਰ ਪੈ ਜਾਵੇ ਵਾਹਿਗੁਰੂ ਦੀ ਕਿਰਪਾ ਨਾਲ। ਹੋਰ ਕੋਈ ਨਹੀਂ, ਕੁਝ ਨਹੀਂ ਚਾਹੀਦਾ ਸਾਨੂੰ, ਮਸਾਂ ਮਸਾਂ ਕਿਤੇ ਰੱਬ ਨੇ ਸਾਡੀ ਵੀ ਸੁਣੀ ਆ ਗਰੀਬਾਂ ਦੀ। ਚਲੋ ਆਉਂਦੇ ਹੁੰਦੇ ਨਾ ਵਾਹਿਗੁਰੂ ਦੇ, ਵਾਹਿਗੁਰੂ ਅੱਗੇ ਦੇ ਰਿਹਾ, ਹਨੇਰ ਨਹੀਂ ਹੁੰਦਾ, ਕਿਉਂਕਿ ਕਦੇ ਨਾ ਕਦੇ ਤਾਂ ਵਾਹਿਗੁਰੂ ਦਿੰਦਾ ਜ਼ਰੂਰ ਆ, ਉਹ ਵੀ ਮਤਲਬ ਕਿ ਦੇ ਹੀ ਦਿੰਦਾ ਵਾ, ਜੇ ਆਪਾਂ ਮੰਗਾਂਗੇ ਫਿਰ ਹੀ ਦਊਗਾ, ਬਿਨ ਮੰਗਿਆ ਤਾਂ ਆਪਾਂ ਨੂੰ ਦਿੰਦਾ ਨਹੀਂ ਹੈ। ਸੋ ਅਸੀਂ ਵੀ ਬਹੁਤ ਔਖਾ ਟਾਈਮ ਦੇਖਿਆ, ਬਹੁਤ ਹੀ ਜ਼ਿਆਦਾ। ਤੁਸੀਂ ਸਾਰਿਆਂ ਨੇ ਵੀ ਦੇਖਿਆ ਹੋਣਾ ਮੇਰੇ ਵੀਡੀਓ ਦੇ ਵਿੱਚ ਕਿ ਮੈਂ ਕਿੰਨਾ ਔਖਾ ਟਾਈਮ ਦੇਖਿਆ ਵਾ, ਮਹੀਨੇ ਪਿੱਛੋਂ ਆਪਣੀ ਸਾਫ਼ ਸਫਾਈ ਕਰਨੀ, ਕਈ ਕੁਝ ਝੱਲਣਾ, ਮੀਂਹ ਬਰਸਾਤਾਂ ਦੇ ਵਿੱਚ ਕਮਰਾ 'ਚ ਆਉਣਾ, ਬਹੁਤ ਔਖਾ ਟਾਈਮ ਦੇਖਿਆ ਵਾ। ਚਲੋ ਵਾਹਿਗੁਰੂ ਨੇ ਕਿਤੇ ਸਾਡੀ ਵੀ ਸੁਣੀ ਆ, ਅਤੇ ਅਸੀਂ ਵਾਹਿਗੁਰੂ ਅੱਗੇ ਅਰਦਾਸ ਕਰਦੇ ਨਹੀਂ ਕਿ ਵਾਹਿਗੁਰੂ ਸਾਡਾ ਵੀ ਇੱਕ ਸੋਹਣਾ ਜਿਹਾ ਘਰ ਹੋਵੇ। ਅਤੇ ਚਲੋ ਵਾਹਿਗੁਰੂ ਨੇ ਸਾਡੀ ਵੀ ਸੁਣੀ, ਅਤੇ ਅੱਜ ਤੁਹਾਡੇ ਸਾਰਿਆਂ ਵਾਸਤੇ ਇੱਕ ਹੋਰ ਬਹੁਤ ਵੱਡੀ ਖੁਸ਼ਖਬਰੀ ਆ। ਉਹ ਖੁਸ਼ਖਬਰੀ ਇਹ ਹੈ ਜੀ, ਤੁਸੀਂ ਦੇਖਿਆ ਹੋਣਾ ਮੈਂ ਕਮੈਂਟ ਦੇ ਵਿੱਚ ਇੱਕ ਪੋਸਟ ਪਾਈ ਸੀ, ਸਾਡਾ ਨਿਊ ਚੈਨਲ ਵਿਲੀਨਸ ਪੰਜਾਬ ਦੇ, ਅਤੇ ਸਾਰੇ ਜਣੇ ਜ਼ਰੂਰ ਸਬਸਕ੍ਰਾਈਬ ਕਰਿਓ, ਲਾਈਕ ਕਰਿਓ, ਕਮੈਂਟ ਕਰਿਓ, ਸ਼ੇਅਰ ਕਰਿਓ। ਇਹ ਜਿਹੜਾ ਇਹ ਚੈਨਲ ਹੈਗਾ, ਇਹ 'ਤੇ ਤਾਂ ਮੈਂ ਇਕੱਲੀ ਵਲੌਗ ਬਣਾਉਂਦੀ ਹਾਂ ਨਾ, ਇਕੱਲੀ ਤੁਹਾਡੇ ਨਾਲ ਬੋਲਚਾਲ ਕਰਦੀ ਹਾਂ, ਗੱਲਾਂ ਕਰਦੀ ਹਾਂ, ਪਰ ਉਸ ਚੈਨਲ 'ਤੇ ਮੇਰੇ ਹਸਬੈਂਡ ਤੁਹਾਡੇ ਨਾਲ ਗੱਲਾਂ ਬਾਤਾਂ ਕਰਿਆ ਕਰਨਗੇ। ਮੈਂ ਵੀ ਆਇਆ ਕਰੂੰਗੀ ਵਲੌਗ ਦੇ ਵਿੱਚ ਜ਼ਰੂਰ, ਪਰ ਉਹ ਵਲੌਗ ਸਰਦਾਰ ਜੀ ਹੋਣੀ ਬਣਾਇਆ ਕਰਨਗੇ। ਅਤੇ ਪਲੀਜ਼ ਜਿੱਦਾਂ ਤੁਸੀਂ ਮੈਨੂੰ ਪਿਆਰ ਦਿੱਤਾ ਨਾ, ਇਵੇਂ ਹੀ ਮੇਰੇ ਹਸਬੈਂਡ ਨੂੰ ਪਿਆਰ ਦਿਓ, ਉਹਨਾਂ ਦੀ ਸਪੋਰਟ ਕਰਿਓ, ਉਹਨਾਂ ਦੇ ਚੈਨਲ ਨੂੰ ਸਬਸਕ੍ਰਾਈਬ ਕਰਿਓ। ਵੈਸੇ ਨਾ ਮੈਂ ਤੁਹਾਨੂੰ ਦੱਸਦਾ, ਪਹਿਲਾਂ ਉਹਨਾਂ ਨੇ ਨਾ ਬਹੁਤ ਚੈਨਲ ਬਣਾਏ ਸੀ, ਸਭ ਤੋਂ ਪਹਿਲਾਂ ਉਹਨਾਂ ਨੇ ਚੈਨਲ ਬਣਾਇਆ ਸੀ ਬੱਚਿਆਂ ਦਾ, ਜਦੋਂ ਮੇਰੇ ਟਵਿੰਸ ਬੇਬੀ ਹੋਏ ਸੀ ਉਦੋਂ, ਪਰ ਉਦੋਂ ਮੈਂ ਵਲੌਗ ਨਹੀਂ ਸੀ ਬਣਾਉਂਦੀ ਕਿਉਂਕਿ ਉਦੋਂ ਮੈਨੂੰ ਕੋਈ ਨਾ ਐਡੀ ਕੋਈ ਜਾਣਕਾਰੀ ਨਹੀਂ ਸੀ ਹੈਗੀ। ਉਹਨਾਂ ਨੇ ਉਹ ਵੀ ਵਲੌਗ ਚੈਨਲ ਬਣਾਇਆ, ਬੱਚਿਆਂ ਦੇ ਵਲੌਗ ਬਣਾਉਂਦੇ ਸੀ, ਪਰ ਪਤਾ ਨਹੀਂ ਕੀ ਪ੍ਰੋਬਲਮ ਆ ਜਾਂਦੀ ਰਹੀ, ਮਤਲਬ ਕੋਈ ਸੈਟਿੰਗ ਵਗੈਰਾ ਨਹੀਂ ਸਹੀ ਕਰਨੀ ਆਉਂਦੀ। ਅਤੇ ਪਰ ਉਹ ਨਾ ਚੈਨਲ ਮੋਨੀਟਾਈਜ਼ ਨਹੀਂ ਹੋਏ, ਸਬਸਕ੍ਰਾਈਬ ਵੀ ਬਹੁਤ ਜ਼ਿਆਦਾ ਹੋਏ ਸੀ, ਪਰ ਨਾ ਸਾਨੂੰ ਵੋਇਸ ਟਾਈਮ ਦਾ ਨਹੀਂ ਸੀ ਪਤਾ ਹੁੰਦਾ। ਅਤੇ ਫਿਰ ਹੌਲੀ ਹੌਲੀ ਉਹਨਾਂ ਨੇ ਜਾਂਚ ਸਿੱਖੀ, ਪਰ ਉਸ ਤੋਂ ਬਾਅਦ ਫਿਰ ਉਹ ਆਪਣੇ ਕੰਮ ਧੰਦੇ ਲੱਗ ਗਏ ਸੀ, ਉਹਨਾਂ ਦਾ ਟਾਈਮ ਨਹੀਂ ਸੀ ਹੁੰਦਾ। ਫਿਰ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਆਪਣਾ ਚੈਨਲ ਬਣਾਓ, ਤੁਸੀਂ ਆਪਣੇ ਡੇਲੀ ਵਲੌਗ ਬਣਾ ਕੇ ਪਾਇਆ ਕਰੋ। ਫਿਰ ਮੈਂ ਆਪਣਾ ਕੰਮ ਸ਼ੁਰੂ ਕੀਤਾ, ਮੈਂ ਪੂਰਾ ਮਤਲਬ 11 ਮਹੀਨਿਆਂ ਦੇ ਅੰਦਰ ਅੰਦਰ ਆਪਣਾ ਚੈਨਲ ਜਿਹੜਾ ਮੋਨੀਟਾਈਜ਼ ਕਰ ਲਿਆ ਸੀ। ਮਤਲਬ ਮੈਨੂੰ 9 ਮਹੀਨੇ ਲੱਗੇ, ਮੈਂ ਵਿੱਚੋਂ 2 ਮਹੀਨੇ ਆਪਣੇ ਵਲੌਗ ਪੱਕਾ ਹੀ ਬੰਦ ਕਰ ਛੱਡੇ ਸੀ, ਮੈਂ 9 ਮਹੀਨਿਆਂ ਦੇ ਅੰਦਰ ਅੰਦਰ ਆਪਣਾ ਜਿਹੜਾ ਚੈਨਲ ਹੈ ਮੋਨੀਟਾਈਜ਼ ਕਰ ਲਿਆ ਸੀ ਤੁਹਾਡੇ ਸਾਰਿਆਂ ਦੇ ਪਿਆਰ ਅਤੇ ਸਪੋਰਟ ਦੇ ਨਾਲ। ਅਤੇ ਇਵੇਂ ਹੀ ਪਲੀਜ਼ ਜਿਵੇਂ ਤੁਸੀਂ ਮੈਨੂੰ ਪਿਆਰ ਦਿੱਤਾ ਨਾ, ਪਲੀਜ਼ ਸਾਰੇ ਜਣੇ ਮੇਰੇ ਹਸਬੈਂਡ ਨੂੰ ਜ਼ਰੂਰ ਪਿਆਰ ਦਿਓ, ਉਹਨਾਂ ਦੀ ਸਪੋਰਟ ਕਰਿਓ, ਕਿਉਂਕਿ ਉਹਨਾਂ ਨੇ ਫਿਰ ਹਿੰਮਤ ਕਰਕੇ ਦੁਬਾਰਾ ਤੋਂ ਆਪਣਾ ਚੈਨਲ ਬਣਾਇਆ ਵਾ, ਆਪਣੇ ਵਲੌਗ ਸ਼ੁਰੂ ਕਰਨ ਲੱਗੇ ਆ। ਅਤੇ ਪਲੀਜ਼ ਉਹਨਾਂ ਨੂੰ ਵੀ ਜ਼ਰੂਰ ਪਿਆਰ ਦਿਓ, ਸਪੋਰਟ ਕਰਿਓ। ਅਤੇ ਮੈਂ ਇਹੀ ਚਾਹੁੰਦੀ ਹਾਂ ਕਿਉਂਕਿ ਅੱਗੇ ਮੈਂ ਕਾਫੀ ਵਾਰ ਉਹਨਾਂ ਨੂੰ ਟੁੱਟਦੇ ਹੋਏ ਦੇਖਿਆ ਵਾ ਕਿ ਉਹ ਨਾ ਛੱਡ ਦਿੰਦੇ ਸੀ, ਉਹਨਾਂ ਨੇ ਇੱਕ
ਚੈਨਲ ਬਣਾਇਆ ਸੀ ਗੋਪੀ ਡਰਾਈਵਰ, ਉਹ ਚੈਨਲ 'ਤੇ ਵੀ ਕੋਈ ਪ੍ਰੋਬਲਮ ਆ ਗਈ ਸੀ। ਵਲੋਗ ਬਹੁਤ ਸੋਹਣੇ ਬਣਾਉਂਦੇ ਸੀ ਉਹ, ਮਤਲਬ ਗੱਡੀ 'ਤੇ ਜਾਂਦੇ ਸੀ ਆਪਣੇ ਵਲੋਗ ਬਣਾਉਂਦੇ ਸੀ, ਭਾਵੇਂ 5-6 ਮਿੰਟਾਂ ਦਾ ਬਣਾਉਂਦੇ ਸੀ ਪਰ ਬਹੁਤ ਸੋਹਣੇ ਬਣਾਉਂਦੇ, ਪਰ ਉਹ ਚੈਨਲ 'ਤੇ ਵੀ ਕੋਈ ਪ੍ਰੋਬਲਮ ਆ ਗਈ ਸੀ ਅਤੇ ਇਸ ਕਰਕੇ ਉਹਨਾਂ ਦਾ ਉਹ ਚੈਨਲ ਵੀ ਬੰਦ ਹੋ ਗਿਆ। ਪਰ ਫਿਰ ਮੈਂ ਉਹਨਾਂ ਨੂੰ ਥੋੜ੍ਹਾ ਜਿਹਾ ਹੌਸਲਾ ਦਿੱਤਾ ਅਤੇ ਉਹਨਾਂ ਸੋਚਿਆ ਕਿ ਚਲੋ ਫਿਰ ਆਪਾਂ ਦੁਬਾਰਾ ਤੋਂ ਬਣਾਉਂਦੇ ਹਾਂ। ਚਲੋ ਕਹਿੰਦੇ ਹੋਣੇ ਕਿ ਸ਼ਰਨ ਦਾ ਚੱਲ ਗਿਆ, ਵਾ ਵਾਹਿਗੁਰੂ ਮੇਰੀ ਵੀ ਕਿਤੇ ਸੁਣੇ, ਅਤੇ ਚਲੋ ਉਹਨਾਂ ਨੇ ਵੀ ਹਿੰਮਤ ਕਰਕੇ ਆਪਣਾ ਦੁਬਾਰਾ ਤੋਂ ਚੈਨਲ ਬਣਾਇਆ ਵਾ। ਦਿਮਾਗ ਦੇ ਵਿੱਚ ਅੱਜ ਆਈਡੀਏ ਲਾਉਂਦੇ ਰਹੇ, ਸਾਰਾ ਦਿਨ ਆਪਣੇ ਚੈਨਲ ਦਾ ਨੇਮ ਸੋਚਦੇ ਰਹੇ, ਅਤੇ ਫਿਰ ਥੋੜ੍ਹਾ ਜਿਹਾ ਮੈਂ ਵੀ ਉਹਨਾਂ ਨੂੰ ਹੌਸਲਾ ਦਿੱਤਾ ਕਿ ਕੋਈ ਨਾ, ਜਿੱਥੇ ਸਾਰੇ ਜਣੇ ਮੈਨੂੰ ਇੰਨਾ ਪਿਆਰ ਦਿੰਦੇ ਨੇ, ਸਪੋਰਟ ਕਰਦੇ ਨੇ, ਤੁਹਾਨੂੰ ਵੀ ਜ਼ਰੂਰ ਦੇਣਗੇ ਹੌਲੀ ਹੌਲੀ, ਕਿਉਂਕਿ ਮਿਹਨਤ ਕਰਾਂਗੇ ਤਾਂ ਮਿਹਨਤ ਦਾ ਫਲ ਜ਼ਰੂਰ ਮਿਲੂਗਾ ਆਪਾਂ। ਜੇ ਆਪਾਂ ਮਿਹਨਤ ਹੀ ਨਾ ਕਰਾਂਗੇ, ਲੋਕਾਂ ਦੀਆਂ ਗੱਲਾਂ ਸੁਣਦੇ ਰਹਾਂਗੇ, ਕਿਉਂਕਿ ਲੋਕ ਬਹੁਤ ਕੁਝ ਕਹਿੰਦੇ ਹੁੰਦੇ ਆ, ਲੋਕਾਂ ਦੀ ਟੈਨਸ਼ਨ ਤਾਂ ਲੈਣੀ ਨਹੀਂ ਚਾਹੀਦੀ। ਲੋਕ ਤਾਂ ਆਪਾਂ ਨੂੰ ਕਿਹੜਾ ਕੁਝ ਖਾਣ ਨੂੰ ਦੇ ਕੇ ਜਾਂਦੇ ਆ, ਲੋਕ ਤਾਂ ਕਹਿੰਦੇ ਹੋਣਗੇ ਕਿ ਹਾਂ ਇਹਨਾਂ ਨੇ ਚੈਨਲ ਬਣਾਏ, ਵੀਡੀਓ ਪਾਉਂਦੇ ਆ, ਫਲਾਣ ਕਰਦੇ ਆ, ਕਿੱਦਾਂ ਦੀਆਂ ਵੀਡੀਓ ਪਾਉਂਦੇ, ਆਪਣੇ ਘਰ ਦਾ ਸਾਰਾ ਕੁਝ ਦਿਖਾਉਂਦੇ ਆ, ਸ਼ੇਅਰ ਕਰਦੇ ਆ, ਕਿਉਂਕਿ ਮੈਨੂੰ ਕਈ ਲੋਕਾਂ ਨੇ ਗੱਲਾਂ ਵੀ ਬਹੁਤ ਕੀਤੀਆਂ, ਪਰ ਮੈਂ ਇੱਕ ਕੰਨੋਂ ਸੁਣਦੀ ਹਾਂ ਦੂਜੇ ਕੰਨੇ ਥਾਂ ਦੀ ਕੱਢ ਦਿੰਦੀ ਹਾਂ, ਕਿਉਂਕਿ ਮੈਨੂੰ ਪਹਿਲਾਂ ਮੈਂ ਟੈਨਸ਼ਨ ਲੈਂਦੀ ਸੀ, 1-2 ਮਹੀਨੇ ਮੈਂ ਬਿਲਕੁਲ ਟੈਨਸ਼ਨ ਲੈ ਛੱਡੀ, ਹਾਈ ਇੰਨੇ ਆਹ ਕਹਿਤਾ, ਹਾਈ ਇੰਨੇ ਉਹ ਕਹਿਤਾ, ਮੈਨੂੰ ਕਿਉਂ ਕਹਿਤਾ, ਪਰ ਹੁਣ ਨਹੀਂ ਆਪਾਂ ਕਿਸੇ ਤੋਂ ਡਰਦੇ, ਕਿਉਂਕਿ ਆਪਾਂ ਨੂੰ ਕਿਹੜਾ ਕੋਈ ਕੁਝ ਖਾਣ ਨੂੰ ਦੇ ਕੇ ਜਾਂਦਾ। ਮੈਂ ਮਿਹਨਤ ਕਰਦੀ ਪਈ ਹਾਂ ਨਾ, ਮੈਨੂੰ ਮਿਹਨਤ ਦਾ ਫਲ ਵੀ ਮਿਲਣ ਦਿਆ ਵਾ, ਮੈਨੂੰ ਇਹ ਨਹੀਂ ਕਿ ਮਿਹਨਤ ਦਾ ਫਲ ਨਹੀਂ ਮਿਲਦਾ, ਮੈਨੂੰ ਮਿਲਣ ਦਿਆ ਵਾ, ਇਸ ਕਰਕੇ ਹੀ ਮੈਂ ਡੇਲੀ ਮਿਹਨਤ ਕਰਦੀ ਹਾਂ ਨਾ, ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੀ ਹਾਂ, ਆਪਣੇ ਘਰ ਦੇ ਕੰਮ ਧੰਦੇ ਕਰਦੀ ਹਾਂ, ਆਪਣੇ ਬੱਚਿਆਂ ਨੂੰ ਸੰਭਾਲਦੀ ਹਾਂ, ਕਿਉਂਕਿ ਲੋਕਾਂ ਦਾ ਕਿਹੜਾ ਆਪਾਂ ਮੂੰਹ ਫੜ ਲੈਣਾ ਆਉਂਦੇ ਹੁੰਦੇ ਨਾ ਕਿ ਦਾਤਰੀ ਨੂੰ ਇੱਕ ਪਾਸੇ ਦਿੰਦੇ ਆ, ਦੁਨੀਆਂ ਨੂੰ ਦੋਵੇਂ ਪਾਸੇ, ਜੇ ਆਪਾਂ ਵਿਹਲੇ ਹੋਵਾਂਗੇ ਵਿਹਲੇ ਨੂੰ ਨਹੀਂ ਟਿਕਣ ਦਿੰਦੀ, ਜੇ ਆਪਾਂ ਕੋਈ ਕੰਮ ਕਰਾਂਗੇ ਕੰਮ ਕਰਦਿਆਂ ਨੂੰ ਨਹੀਂ ਟਿਕਣ ਦਿੰਦੀ, ਅਤੇ ਸੋ ਲੋਕਾਂ ਦੀ ਟੈਨਸ਼ਨ ਲੈਣੀ ਛੱਡੋ ਅਤੇ ਆਪਣੇ ਕੰਮ ਵੱਲ ਫੋਕਸ ਕਰੋ। ਅਤੇ ਹੁਣ ਮੇਰੇ ਹਸਬੈਂਡ ਨੇ ਵੀ ਆਪਣਾ ਨਿਊ ਚੈਨਲ ਬਣਾਇਆ ਵਾ, ਅਤੇ ਉਹ ਵੀ ਤੁਹਾਡੇ ਨਾਲ ਡੇਲੀ ਆਪਣੇ ਵਲੌਗ ਸ਼ੇਅਰ ਕਰਿਆ ਕਰਨਗੇ, ਅਤੇ ਪਲੀਜ਼ ਸਪੋਰਟ ਜ਼ਰੂਰ ਕਰਿਓ, ਪਿਆਰ ਦਿਓ ਅਤੇ ਵਲੋਗਸ ਜ਼ਰੂਰ ਦੇਖਿਓ। ਜਿਵੇਂ ਤੁਸੀਂ 1 ਸਾਲ ਤੋਂ ਮੈਨੂੰ ਪਿਆਰ ਦਿੰਦੇ ਆ ਰਹੇ ਹੋ, ਉਵੇਂ ਮੇਰੇ ਹਸਬੈਂਡ ਨੂੰ ਵੀ ਪਿਆਰ ਦਿਓ। ਅਤੇ ਅੱਜ ਪੂਰਾ 1 ਸਾਲ ਹੋ ਗਿਆ ਮੈਨੂੰ ਵਲੋਗਸ ਚੈਨਲ ਬਣਾਏ ਨੂੰ, 28 ਜੁਲਾਈ ਨੂੰ, ਅਤੇ ਇਹ ਥੋੜ੍ਹਾ ਜਿਹਾ ਵਲੋਗ ਲੇਟ ਆ ਰਿਹਾ ਵਾ ਤੁਹਾਡੇ ਕੋਲ, ਕਿਉਂਕਿ ਤੁਹਾਨੂੰ ਮੈਂ ਦੱਸਿਆ ਹੀ ਪ੍ਰੋਬਲਮ ਕੀ ਆ ਕਿ ਵਲੋਗ ਮੈਂ ਬਣਾ ਲੈਂਦੀ ਹਾਂ, ਬਸ ਐਡੀਟਿੰਗ ਕਰਨ 'ਚ ਬਹੁਤ ਟਾਈਮ ਲੱਗ ਜਾਂਦਾ, ਅਤੇ ਇਸ ਕਰਕੇ ਮੇਰੇ ਤੋਂ ਐਡਿਟ ਨਹੀਂ ਹੁੰਦੇ। ਹੁਣ ਵੀ ਮੈਂ ਰਾਤ ਨੂੰ ਬੈਠੀ ਕਰਦੀ ਪਈ ਹਾਂ, ਤਾਂ ਹੀ ਉਹ ਸ਼ਾਂਤੀ ਜੀ ਆ। ਅਤੇ ਸੋ ਪਲੀਜ਼ ਮੈਂ ਵੀ ਤੁਹਾਡੇ ਨਾਲ ਡੇਲੀ ਵਲੋਗ ਸ਼ੇਅਰ ਕਰਦੀ ਹਾਂ ਨਾ, ਭਾਵੇਂ ਮੈਂ 1 ਦਿਨ ਛੱਡ ਕੇ ਵੀ ਪਾਉਂਦੀ ਹਾਂ, ਪਰ ਤੁਸੀਂ ਤਾਂ ਵੀ ਮੈਨੂੰ ਪਿਆਰ ਦਿੰਦੇ ਜੋ, ਅਤੇ ਪਲੀਜ਼ ਇਵੇਂ ਮੇਰੇ ਹਸਬੈਂਡ ਨੂੰ ਦਿਓ ਅਤੇ ਉਹਨਾਂ ਨੂੰ ਸਪੋਰਟ ਕਰਿਓ, ਅਤੇ ਆਪਾਂ ਇਵੇਂ ਤੁਹਾਨੂੰ ਡੇਲੀ ਮਿਲਦੇ ਰਹਾਂਗੇ। ਸੁਣ ਹੁਣ ਆਪਾਂ ਆਈਏ ਆਪਣੀ ਵੀਡੀਓ ਵੱਲ, ਅਤੇ ਲਓ ਜੀ ਆਪਣੇ ਅੱਜ ਆਲੂਆਂ ਦੀ ਸਬਜ਼ੀ ਬਣਾਉਣੀ ਸੀ, ਕਿਉਂਕਿ ਮਿਸਤਰੀ ਲੱਗੇ ਤੁਹਾਨੂੰ ਮੈਂ ਦੱਸਿਆ, ਅਤੇ ਹੋਰ ਤਾਂ ਕੋਈ ਦਿਮਾਗ ਦੇ ਵਿੱਚ ਆਈਡੀਆ ਨਹੀਂ ਆਇਆ, ਅਤੇ ਆਲੂਆਂ ਦੀ ਸਬਜ਼ੀ ਦਾ ਹੀ ਆਈਡੀਆ ਆਇਆ, ਕਿਉਂਕਿ ਕੱਲ੍ਹ ਆਪਾਂ ਬਣਾਈ ਸੀ ਮੂੰਗੀ ਮਸਰੀ ਦੀ ਦਾਲ ਅਤੇ ਭਿੰਡੀਆਂ। ਫਿਰ ਮੈਂ ਸੋਚਿਆ ਕਿ ਡੇਲੀ ਡੇਲੀ ਨਾ ਦਾਲਾਂ ਖਾ ਕੇ ਬੰਦਾ ਬੋਰ ਹੋ ਜਾਂਦਾ ਵਾ, ਅਤੇ ਆਲੂ ਵੈਸੇ ਨਾ ਉਹੋ ਜਿਹੇ ਕਰਾਰੇ ਜਿਹੇ ਨਹੀਂ ਬਣਦੇ, ਸਿਆਲਾਂ ਵਾਲੇ ਆਲੂ ਨਾ ਜਿਹੜੇ ਉਹ ਕਰਾਰੇ ਬਣਦੇ ਆ, ਪਰ ਗਰਮੀਆਂ ਵਾਲੇ ਆਲੂ ਨਾ ਜਿਹੜੇ ਬਹੁਤ ਬੇਕਾਰ ਜਿਹੇ ਬਣਦੇ ਆ, ਪਰ ਫਿਰ ਵੀ ਬਣਾਉਣੇ ਪਈ। ਵੈਸੇ ਮੈਂ ਪਹਿਲਾਂ ਸੋਚਿਆ ਸੀ ਕਿ ਆਲੂ ਨੂਟਰੀ ਵਿੱਚ ਨੂਟਰੀਆਂ ਪਾ ਲਈਏ ਆਲੂਆਂ ਦੇ, ਪਰ ਫਿਰ ਮੈਂ ਸੋਚਿਆ ਉਹ ਤਾਂ ਖਾਂਦੇ ਹੀ ਰਹੀਦਾ ਵਾ, ਅਤੇ ਇਕੱਲੇ ਆਲੂ ਬਣਾ ਕੇ ਤਰੀ ਪੀਂਦੇ ਹਾਂ, ਤਰੀ ਬਹੁਤ ਜ਼ਿਆਦਾ ਟੇਸਟ ਲੱਗਦੀ ਆਲੂਆਂ ਦੀ, ਹੋਰ ਕੋਈ ਚੱਕਰ ਨਹੀਂ ਹੈਗਾ।
ਅਤੇ ਸੋ ਇੱਥੇ ਆਪਣੀ ਲੱਗਣ ਦਿਆਂ ਸੀ ਸਬਜ਼ੀ ਨੂੰ ਤੜਕਾ, ਅਤੇ ਮੈਂ ਤੁਹਾਨੂੰ ਦੁਬਾਰਾ ਤੋਂ ਆਪਣੇ ਨਿਊ ਚੈਨਲ ਦਾ ਨੇਮ ਦੱਸ ਦਿੰਦੀ ਹਾਂ, ਵਿਲੀਅਨਸ ਪੰਜਾਬ ਦੇ। ਪਲੀਜ਼ ਸਾਰੇ ਜਣੇ ਜ਼ਰੂਰ ਸਬਸਕ੍ਰਾਈਬ ਕਰਿਓ, ਲਾਈਕ ਕਰਿਓ, ਕਮੈਂਟ ਕਰਿਓ, ਸ਼ੇਅਰ ਕਰਿਓ, ਅਤੇ ਜਿਹੜੇ ਮੇਰੇ ਚੈਨਲ 'ਤੇ ਵੀ ਨਿਊ ਆਏ ਨੇ ਪਲੀਜ਼ ਮੇਰੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰ ਲਿਓ, ਅਤੇ ਲਾਈਕ ਕਰਨਾ ਬਿਲਕੁਲ ਨਾ ਭੁੱਲਿਆ ਕਰੋ, ਅਤੇ ਕਮੈਂਟ ਆਪਣੇ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਕੇ ਜਾਇਆ ਕਰੋ ਵੀਡੀਓ ਤੋਂ, ਤਾਂ ਕਿ ਮੈਨੂੰ ਪਤਾ ਲੱਗ ਜਾਂਦਾ ਕਿ ਮੇਰੀ ਵੀਡੀਓ 'ਤੇ ਕੌਣ ਕੌਣ ਆਉਂਦਾ ਹੈ। ਅਤੇ ਸੋ ਤੁਸੀਂ ਆਪਣੇ ਸਾਰੇ ਜਣੇ ਆਪਣੇ ਨੇਮ ਜ਼ਰੂਰ ਦੱਸਿਆ ਕਰੋ, ਮੈਂ ਤੁਹਾਡੇ ਨੇਮ ਆਪਣੀ ਵੀਡੀਓ ਦੇ ਵਿੱਚ ਬੋਲਣੇ ਹੁੰਦੇ ਆ। ਕਈ ਵਾਰੀ ਚਲੋ ਮਾਇੰਡ ਦੇ ਵਿੱਚ ਨਿਕਲ ਜਾਂਦਾ ਕਿਉਂਕਿ ਮੈਂ ਥੋੜ੍ਹੀ ਜਿਹੀ ਐਡੀਟਿੰਗ ਲੇਟ ਕਰਦੀ ਹਾਂ। ਸੋ ਹੁਣ ਕੋਈ ਨਾ, ਤੁਸੀਂ ਟੈਨਸ਼ਨ ਨਾ ਲਓ, ਥੋੜ੍ਹਾ ਜਿਹਾ ਆਪਾਂ ਫ੍ਰੀ ਹੁੰਦੇ ਹਾਂ ਅਤੇ ਫਿਰ ਆਪਾਂ ਤੁਹਾਨੂੰ ਡੇਲੀ ਮਿਲਿਆ ਕਰਾਂਗੇ। ਹਾਲੇ ਆਪਣਾ ਘਰ ਦਾ ਜਿਹੜਾ ਕੰਮ ਆ ਉਹ ਚੱਲਣ ਦਿਆ ਵਾ, ਇਸ ਕਰਕੇ ਆਪਾਂ ਨੂੰ ਥੋੜ੍ਹੀ ਜਿਹੀ ਪ੍ਰੋਬਲਮ ਆਉਂਦੀ ਆ। ਅਤੇ ਤੁਸੀਂ ਸਾਰੇ ਜਣੇ ਮੈਨੂੰ ਬਹੁਤ ਜ਼ਿਆਦਾ ਪਿਆਰ ਦਿੰਦੇ ਜੋ ਸਪੋਰਟ ਕਰਦੇ, ਭਾਵੇਂ ਮੇਰੇ ਵਲੋਗ ਵੀ ਲੇਟ ਹੋ ਜਾਂਦੇ ਨਾ, ਪਰ ਤੁਸੀਂ ਤਾਂ ਵੀ ਜ਼ਰੂਰ ਦੇਖਦੇ ਜੋ। ਅਤੇ ਸੋ ਮੈਨੂੰ ਇਹੋ ਜਿਹੇ ਪਿਆਰ ਅਤੇ ਸਾਥ ਦੀ ਲੋੜ ਸੀ। ਆਪਣੀ ਛੋਟੀ ਜਿਹੀ ਯੂਟਿਊਬ ਫੈਮਿਲੀ ਆ, ਕੋਈ ਨਹੀਂ ਆਪਾਂ ਹੌਲੀ ਹੌਲੀ ਵੱਡੀ ਵੀ ਬਣਾਵਾਂਗੇ, ਤੁਹਾਡੇ ਪਿਆਰ ਦੇ ਨਾਲ ਹੀ ਬਣਨੀ ਆਪਣੀ ਵੱਡੀ ਯੂਟਿਊਬ ਫੈਮਿਲੀ। ਅਤੇ ਸੋ ਜਿੱਦਾਂ ਤੁਸੀਂ ਮੈਨੂੰ ਪਿਆਰ ਦੇ ਰਹੇ ਨਾ, ਇੱਦਾਂ ਹੀ ਮੈਂ ਦੁਬਾਰਾ ਤੋਂ ਤੁਹਾਨੂੰ ਕਹਿ ਰਹੀ ਹਾਂ, ਮੇਰੇ ਹਸਬੈਂਡ ਦੀਆਂ ਵਲੌਗਸ ਨੂੰ, ਵੀਡੀਓਸ ਨੂੰ ਜ਼ਰੂਰ ਪਿਆਰ ਦਿਓ, ਸਪੋਰਟ ਕਰਿਓ, ਅਤੇ ਫੁੱਲ ਵਲੌਗ ਉਹਨਾਂ ਦੇ ਜਾ ਕੇ ਜ਼ਰੂਰ ਦੇਖਿਓ। ਅੱਜ ਤਾਂ ਉਹਨਾਂ ਨੇ ਫਸਟ ਵਲੌਗ ਹੀ ਪਾਇਆ ਸੀ ਨਾ, ਅਤੇ ਅੱਗੇ ਤੋਂ ਤੁਹਾਨੂੰ ਲੌਂਗ ਵਲੌਗ ਤੁਹਾਡੇ ਨਾਲ ਸ਼ੇਅਰ ਕਰਿਆ ਕਰਨਗੇ, ਆਪਣੀ ਲਾਈਫ ਦੀਆਂ ਗੱਲਾਂ, ਆਪਣੀ ਮਤਲਬ ਜੋ ਵੀ ਉਹ ਡੇਲੀ ਆਪਣਾ ਕੰਮ ਧੰਦਾ ਕਰਦੇ ਉਹ ਤੁਹਾਡੇ ਨਾਲ ਸ਼ੇਅਰ ਕਰਿਆ ਕਰਨਗੇ। ਅਤੇ ਸੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਇੰਨਾ ਕੋ, ਆਪਾਂ ਮਿਲਦੇ ਹਾਂ ਜੀ ਨੈਕਸਟ ਵੀਡੀਓ ਦੇ ਨਾਲ। ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ, ਓਕੇ, ਬਾਏ, ਟੇਕ ਕੇਅਰ।